ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਸੂਬੇ ਅੰਦਰ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੋਰਡਿੰਗਾਂ ਸਣੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੈਨਰਾਂ ਆਦਿ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ ਜਗਰਾਓਂ ਪੁਲ ਨੇੜੇ ਮੁੱਖ ਮੰਤਰੀ ਦੇ ਹੋਰਡਿੰਗ ਉਤਾਰ ਰਹੇ ਨਿਗਮ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ 24 ਘੰਟੇ ਵਿੱਚ ਇਹ ਸਾਰੇ ਹੋਰਡਿੰਗ ਅਤੇ ਬੈਨਰ ਉਤਾਰਨ ਦਾ ਟਾਸਕ ਦਿੱਤਾ ਗਿਆ ਹੈ। ਜੇ ਨਿਊਜ਼ ਪੰਜਾਬੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਉਹਦੇ ਮੁਤਾਬਕ ਅਸੀਂ ਬੋਰਡ ਉਤਾਰ ਰਹੇ ਹਾਂ, ਜਿੱਥੇ ਵੀ ਬੋਰਡ ਦੇਖ ਰਿਹਾ ਕੋਈ ਪਾਰਟੀ ਦਾ ਕੋਈ ਅਸੀਂ ਨਹੀਂ ਲੈਣਾ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸੀਂ ਉਤਾਰ ਰਹੇ ਹਾਂ। ਸਾਨੂੰ ਜੋ ਹਦਾਇਤ ਹੈ 24 ਘੰਟੇ ਦੇ ਵਿੱਚ ਵਿੱਚ ਉਤਾਰਨੇ ਆ, ਅਸੀਂ ਸ਼ੁਰੂ ਹੋ ਗਏ ਜਦੋਂ ਹੀ ਕੋਡ ਆਫ ਕੰਡਕਟ ਲੱਗਿਆ, ਉਸ ਤੋਂ ਬਾਅਦ ਹੁਣ ਸ਼ੁਰੂ ਕਰ ਦਿੱਤਾ, ਸਾਰੇ ਉਤਾਰ ਕੇ ਫਿਰ ਹੀ ਦਮ ਲਾਓ।